ਪ੍ਰਿੰਸੀਪਲ ਸਰਵੰਤ ਸਿੰਘ ਦਾ ਅਗਲਾ ਲੇਖ ਹੈ ਬਲਵੰਤ ਗਾਰਗੀ ਬਾਰੇ ਬਾਤ ਬਲਵੰਤ ਗਾਰਗੀ ਦੀ ਇੱਕ ਸੀ ਬਲਵੰਤ ਗਾਰਗੀ ਇੱਕ ਸੀ ਜੀਨੀ ਹੈਨਰੀ ਬਲਵੰਤ ਗਾਰਗੀ ਦਾ ਪਿਦਾਈਸ਼ੀ ਨਾਂ ਸੀ ਬਲਵੰਤ ਰਾਏ ਗਰਗ ਤੇ ਜੀਨੀ ਦਾ ਸੀ ਜੀਨੀ ਅਲੈਗਜ਼ੈਂਡਰ ਹੈਨਰੀ ਬਲਵੰਤ ਦਾ ਜਨਮ 4 ਦਸੰਬਰ 1916 ਨੂੰ ਬਠਿੰਡੇ ਦੇ ਵਪਾਰੀ ਪਰਿਵਾਰ ਚ ਹੋਇਆ ਤੇ ਜੀਨੀ ਉਹ ਤੋਂ 21 ਸਾਲ ਬਾਅਦ ਅਮਰੀਕਾ ਦੇ ਨੌਕਰੀ ਪੇਸ਼ਾ ਪਰਿਵਾਰ 'ਚ ਜੰਮੀ ਸੀ। ਬਲਵੰਤ ਬਠਿੰਡੇ ਦਾ ਮਲਵਈ ਸੀ ਤੇ ਜੀਨੀ ਸਿਆਟਲ ਦੀ ਅਮਰੀਕਨ। ਜਵਿੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ 'ਚ ਹੋਇਆ। ਉਵੇਂ ਬਲਵੰਤ ਬਾਣੀਏ ਤੇ ਜੀਨੀ ਨਾਰ ਦਾ ਮੇਲ ਸਿਆਟਲ 'ਚ ਹੋਇਆ। ਇੰਦਰ ਤੇ ਬੇਗੋ ਇਸ਼ਕ ਦੇ ਪੱਤੇ ਰਾਵੀ 'ਚ ਛਾਲਾ ਮਾਰ ਗਏ ਤੇ ਆਸ਼ਕਾ ਮਸ਼ੂਕਾਂ 'ਚ ਨਾਂ ਲਿਖਾ ਕੇ ਅਮਰ ਹੋ ਗਏ। ਕਿਸਾਕਾਰਾਂ ਨੇ ਬੇਗੋ ਨਾਰ ਤੇਂਦਰ ਬਾਣੀਏ ਦੇ ਕਿੱਸੇ ਲਿਖੇ। ਬਲਵੰਤ ਤੇ ਜੀਨੀ ਇਸ਼ਕ ਚੁਪੱਟੇ ਦਾ ਗਏ ਪਰ ਅਮਰ ਨਹੀਂ ਹੋ ਸਕੇ। ਜੀਨੀ ਨਾਰ ਤੇ ਬਲਵੰਤ ਨਾਟਕ ਕਰਦਾ ਕਿੱਸਾ ਗਾਰਗੀ ਨੂੰ ਨੰਗੀ ਧੁੱਪ ਸਵੈ ਜੀਵਨੀ ਦੇ ਰੂਪ ਚ ਆਪ ਲਿਖਣਾ ਪਿਆ। ਨੰਗੀ ਧੁੱਪ ਨੂੰ ਆਲੋਚਕ ਸੰਤ ਸਿੰਘ ਸੇਖੋਂ ਨੇ ਸ਼ਾਹਕਾਰ ਰਚਨਾ ਦਾ ਦਰਜਾ ਦਿੱਤਾ। ਗਾਰਗੀ ਨੇ ਮੁਖਬੰਦ ਚ ਲਿਖਿਆ ਆਪਣੇ ਬਾਰੇ ਇਹ ਲਿਖਣਾ ਕਿ ਮੈਂ ਕਿੰਨਾ ਚੰਗਾ ਚੰਗੀ ਕਲਾ ਦਾ ਸੂਚਕ ਨਹੀਂ। ਮੈਂ ਆਪਣੇ ਆਪ ਬਾਰੇ ਲਿਖ ਰਿਹਾ ਹਾਂ ਮਨ ਦੀਆਂ ਤਪਤੀਆਂ ਛਾਵਾਂ ਸੁਚੇਤ ਤੇ ਅਚੇਤ ਦੀ ਟੱਕਰ ਦੋਸਤਾਂ ਤੇ ਮਹਿਬੂਬ ਦੀਵਿਆਂ ਦੇ ਜਜ਼ਬੇ ਸਿਮੇ ਚਿੱਤਰ ਪਿਆਰ ਤੜਪਾਂ ਤੇ ਨਫ਼ਰਤ ਦੀਆਂ ਚਿੰਗਾਂ ਨੰਗੀ ਧੁੱਪ ਮੇਰੇ ਆਪਣੇ ਜੀਵਨ ਉੱਤੇ ਆਧਾਰਿਤ ਹੈ ਜਦੋਂ ਕੋਈ ਲੇਖਕ ਆਪਣੇ ਇਮੇਜ ਨੂੰ ਲਿਸ਼ਕਾਉਣ ਦਾ ਫਿਕਰ ਕਰਨ ਲੱਗ ਪਵੇ ਤਾਂ ਉਸੇ ਥਾਂ ਖੜਾ ਰਹਿ ਜਾਂਦਾ ਹੈ ਮੇਰਾ ਕੋਈ ਇਮੇਜ ਨਹੀਂ ਜੋ ਹੈ ਮੈਂ ਉਹਨੂੰ ਹਮੇਸ਼ਾ ਤੋੜਦਾ ਰਿਹਾ ਤੇ ਇਸ ਤਰ੍ਹਾਂ ਨਵਾਂ ਇਮੇਜ ਬਣਦਾ ਰਿਹਾ ਹੈ ਮੇਰੇ ਪਾਤਰ ਨੰਗੇ ਹਨ ਆਦਮ ਤੇ ਹਵਾ ਵਾਂਗ ਇਹੋ ਉਹਨਾਂ ਦੀ ਖੂਬਸੂਰਤੀ ਹੈ ਇਹੋ ਉਹਨਾਂ ਦਾ ਦੋਸ਼ ਮੈਂ ਜਿਸ ਤੀਵੀ ਨੂੰ ਪਿਆਰ ਕੀਤਾ ਉਹਦੇ ਹੁਸਨ ਨੂੰ ਤੇ ਨੰਗੇਜ਼ ਨੂੰ ਚਿੱਤਰਿਆ ਸੱਚ ਖੁਦ ਨੰਗਾ ਹੈ ਮੈਂ ਨੰਗੇ ਸੱਚ ਦਾ ਪੁਜਾਰੀ ਹਾਂ ਨੰਗੀ ਮੂਰਤੀ ਨੂੰ ਮੱਥਾ ਟੇਕਦਾ ਮਨੁੱਖ ਖੁਦ ਵੀ ਇਕੱਲਾ ਤੇ ਨੰਗਾ ਹੈ ਆਪਣੇ ਸਰੀਰ ਦੀ ਚਮੜੀ ਨਾਲੋਂ ਕੋਈ ਹੋਰ ਚੀਜ਼ ਵਧੇਰੇ ਨਿਗ ਨਹੀਂ ਦਿੰਦੀ ਮੈਂ ਪਾਤਰਾਂ ਦੇ ਅਸਲੀ ਨਾਂ ਅਸਲੀ ਥਾਵਾਂ ਅਸਲੀ ਸ਼ਹਿਰ ਤੇ ਅਸਲੀ ਘਟਨਾਵਾਂ ਵਰਤੀਆਂ ਹਨ ਪਰ ਕਿਤੇ ਕਿਤੇ ਕਾਲਪਿਕ ਕਲਪਨਿਕ ਨਾਂ ਤੇ ਬਦਲੇ ਹੋਏ ਚਿਹਰੇ ਵੀ ਹਨ ਮੇਰਾ ਮਨੋਰਥ ਤੁਹਾਨੂੰ ਸਿਰਫ ਤੱਥ ਦੱਸਣਾ ਨਹੀਂ ਸਗੋਂ ਸੱਚ ਦੱਸਣਾ ਹੈ ਡੂੰਘੀਆਂ ਤੇ ਲੁਕੀਆਂ ਹਕੀਕਤਾਂ ਵਾਸ਼ਨਾ ਦਾ ਟੋਣਾ ਲਹੂ ਚ ਮਚਦੀਆਂ ਖਾਸ਼ਾਂ ਤੇ ਰਚਨਾ ਦੇ ਆਪ ਖੁਦ ਦੇ ਅਮਲ ਆਪਣੇ ਨਾਟਕਾਂ ਦੀ ਭੂਮਿਕਾ ਬੰਦਿਆ ਉਹਨੇ ਲਿਖਿਆ ਸੀ 1944 ਚ ਇੱਕ ਕੁੜੀ ਨੇ ਮੈਨੂੰ ਆਖਿਆ ਤੂੰ ਮੈਨੂੰ ਪਿਆਰ ਕਰਦਾ ਹੈ ਪਰੇ ਦਾ ਕੋਈ ਫਾਇਦਾ ਨਹੀਂ ਮੈਥੋ ਤੈਨੂੰ ਕੁਝ ਨਹੀਂ ਮਿਲਦਾ ਮੈਂ ਉਹਨੂੰ ਆਖਿਆ ਪਿਆਰ ਚ ਕੋਈ ਇਵਜ਼ਾਨਾ ਜਾਂ ਇਨਾਮ ਨਹੀਂ ਹੁੰਦਾ ਜਦ ਕੋਈ ਬਰਫ਼ ਦੇ ਪਹਾੜ ਦੀ ਟੀਸੀ ਉੱਤੇ ਪੁੱਜਣ ਦਾ ਯਤਨ ਕਰਦਾ ਹੈ ਤਾਂ ਉੱਥੇ ਕੁਝ ਨਹੀਂ ਹੁੰਦਾ ਅਕਸਰ ਆਦਮੀ ਆਪਣੀ ਜਾਨ ਵੀ ਗਵਾ ਦਿੰਦਾ ਪਰ ਇਸ ਵਿੱਚ ਇੱਕ ਅਜੀਬ ਆਨੰਦ ਹੈ ਤੇ ਮਜਬੂਰੀ ਉਹਨੇ ਗੱਲ ਨੂੰ ਹੱਸ ਕੇ ਟਾਲ ਦਿੱਤਾ ਤੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਉਸ ਪਿੱਛੋਂ ਮੈਂ ਲਾਹੌਰ ਛੱਡ ਕੇ ਚਲਾ ਗਿਆ ਤੇ ਕੁੱਲੂ ਦੀ ਵਾਦੀ 'ਚ ਕਈ ਦਿਨ ਚੀਲਾਂ ਦੇ ਜੰਗਲਾਂ 'ਚ ਘੁੰਮਦਾ ਰਿਹਾ। ਇਸ ਮਨੋਦਸ਼ਾ 'ਚ ਘੁੰਮਦਿਆਂ ਉਹਨੇ ਕੁਆਰਿਟੀ ਸੀ ਨਾਟਕ ਲਿਖਿਆ ਜੋ ਲਾਹੌਰ ਦੇ ਦਿੱਲੀ ਰੇਡੀਓ ਤੋਂ ଅਨੇਕਾਂ ਵਾਰ ਖੇਡਿਆ ਗਿਆ। ਕੁਆਰਿਟੀ ਸੀ ਇੱਕ ਅਣਛੋਈ ਕੁਆਰੀ ਕੁੜੀ ਦਾ ਪ੍ਰਤੀਕ ਹੈ ਜਿਹਨੂੰ ਕੋਈ ਛੂ ਨਹੀਂ ਸਕਦਾ। ਜੋ ਕੋਈ ਉਹਨੂੰ ਚੁੰਮੇਗਾ ਉਹ ਨਾਸ਼ ਹੋ ਜਾਏਗਾ 1944 ਚ ਲਿਖੇ ਨਾਟਕ ਕੁਆਰੀ ਟੀਸੀ ਦੀ ਚੰਦੀ 1954 ਚ ਲਿਖੇ ਨਾਟਕ ਕਣਕ ਦੀ ਬਲੀ ਚ ਭਰਪੂਰ ਜਜ਼ਬੇ ਵਾਲੀ ਤਾਰੂ ਬਣ ਗਈ ਬਲਵੰਤ ਗਾਰਗੀ ਹਰ ਗੱਲ ਨਾਟਕੀ ਅੰਦਾਜ਼ ਟ ਕਰਦਾ ਸੀ ਇਸ਼ਕ ਵੀ ਤੇ ਤੋੜ ਵਿਛੋੜਾ ਵੀ ਲਿਖਣ ਲੱਗਾ ਮਸਾਲਾ ਵੀ ਲਾਉਂਦਾ ਸੀ ਸਿਆਟਲ ਚ ਜੀਨੀ ਨਾਲ ਮੇਲ ਹੋਣ ਸਮੇ ਬਲਵੰਤ ਗਾਰਗੀ 50 ਸਾਲਾਂ ਦਾ ਹੋਣ ਲੱਗਾ ਸੀ ਤੇ ਜੀਨੀ ਹੈਂਰੀ 28 ਸਾਲਾਂ ਦੀ ਹੋਈ ਸੀ ਦੋਵੇਂ ਪੜੇ ਲਿਖੇ ਸਨ ਕੁਦਰਤ ਦਾ ਕ੍ਰਿਸ਼ਮਾ ਵੇਖੋ ਇੱਕ ਪਾਸੇ ਛਮਕ ਜੀ ਮੁਟਿਆਰ ਜੀਨੀ ਦੂਜੇ ਪਾਸੇ ਉਮਰੋਂ ਢਲਿਆ ਪੋਪਲ ਜਿਆ ਗਾਰਗੀ ਕਦ ਕਾਟ ਤੇ ਸ਼ਕਲ ਸੂਰਤ ਵੱਲੋਂ ਉਹਨਾਂ ਦਾ ਕੋਈ ਮੇਲ ਨਹੀਂ ਸੀ ਗਾਰਗੀ ਦਾ ਕਦ 5.5 ਫੁੱਟ ਸੀ ਤੇ ਜੀਨੀ ਦਾ 6 ਪੌਣੇ ਫੁੱਟ ਰੰਗ ਵੀ ਗਾਰਗੀ ਦਾ ਸਾੰਮਲਾ ਸੀ ਜਦ ਕਿ ਜੀਨੀ ਗੋਰੀ ਨਿਛੋ ਸੀ ਗਾਰਗੀ ਦੇ ਨੈਣ ਨਕਸ਼ ਮੋٹے ਠੋਲੇ ਸਨ ਜੀਨੀ ਦੇ ਤਿੱਖੇ ਤਰਸ਼ਵੇਂ ਕਹਿੰਦੇ ਹਨ ਇਸ਼ਕ ਅੰਨਾ ਹੁੰਦਾ ਹੈ ਇਸ਼ਕ ਨੇ ਸੱਚਮੁੱਚ ਹੀ ਉਹਨੂੰ ਉਨਾਂ ਨੂੰ ਅੰਨਾ ਕਰ ਦਿੱਤਾ 1968 ਚੋਨਾ ਨੇ ਸਿਆਟਲ 'ਚ ਵਿਆਹ ਕਰਵਾ ਲਿਆ ਜਦੋਂ ਵਿਆਹ ਟੁੱਟਿਆ ਤਾਂ ਗਾਰਗੀ ਨੇ ਸਵੈ ਜੀਵਨਕ ਨਾਵਲ ਨੰਗੀ ਧੁੱਪ ਲਿਖਿਆ ਲਿਖਿਆ ਕਿ ਜਦੋਂ ਮੈਂ ਜੀਨੀ ਨੂੰ ਸਿਆਟਲ 'ਚ ਮਿਲਿਆ ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ ਤਿੰਨੇ ਕੁੜੀਆਂ ਪਿਆਰ 'ਚ ਡੁੱਬੀਆਂ ਹੋਈਆਂ ਸਨ ਤਿੰਨੇ ਵਫਾਦਾਰ ਤਿੰਨੇ ਵੇਗਮਤੀਆਂ ਤਿੰਨਾ ਤਿੰਨੇ ਕੌਲ ਕਰਾਰ ਦੀਆਂ ਪੂਰੀਆਂ ਮੈਂ ਪਰੇਸ਼ਾਨ ਸੀ ਕਿ ਕਿਸ ਨਾਲ ਵਿਆਹ ਕਰਾਂ ਕਿਹਨੂੰ ਲਾਰਾ ਲਾਵਾਂ ਕਿਹਨੂੰ ਧੋਖਾ ਦੇਵਾਂ ਉਦੀਆਂ ਤਿੰਨਾਂ ਮਸ਼ੂਕਾਂ ਚੋਂ ਇੱਕ ਸੀ 19 ਸਾਲ ਦੀ ਮਾਰਸ਼ਾ ਉਹ ਆਪਣੇ ਜਾਬਰ ਬਾਪ ਤੋਂ ਤੰਗ ਸੀ ਤੇ ਗਾਰਗੀ ਨਾਲ ਸ਼ਾਮਾਂ ਬਿਤਾਉਣਾ ਚਾਹੁੰਦੀ ਸੀ ਜੀਨੀ ਦੇ ਮਾਤਾ ਪਿਤਾ ਵੀ ਸਿਆਟਲ ਚ ਹੀ ਰਹਿੰਦੇ ਸਨ ਪਰ ਉਹਦਾ ਅਪਾਰਟਮੈਂਟ ਵੱਖਰਾ ਸੀ ਉਹਦਾ ਪਿਤਾ ਇੱਕ ਵੱਡੇ ਨੈਸ਼ਨਲ ਬੈਂਕ ਦਾ ਵਾਈਸ ਪ੍ਰੈਜ਼ੀਡੈਂਟ ਸੀ ਜੀਨੀ ਯੂਨੀਵਰਸਿਟੀ 'ਚ ਕੰਮ ਕਰਦੀ ਸੀ ਇੱਕ ਰਾਤ ਗਾਰਗੀ ਮਾਰਸ਼ਾ ਨੂੰ 14 ਮੀਲ ਦੂਰ ਖਾੜੀ ਦੇ ਪੁਲ ਤੋਂ ਪਾਰ ਛੱਡ ਕੇ ਤੇਜ਼ ਕਾਰ 'ਚ ਟਲਵਾਉਣਾ ਉਤੋਂ ਦੀ ਹੁੰਦਾ ਹੋਇਆ ਰਾਤੀ ਕੁਝ ਜੀਨੀ ਦੇ ਅਪਾਰਟਮੈਂਟਸ ਜਾ ਪੁੱਜਾ ਨਿੱਕੀ ਨਿੱਕੀ ਬਾਰਿਸ਼ ਹੋ ਰਹੀ ਸੀ ਤੇ ਠੰਡ ਸੀ ਜੀਨੀ ਗਰਗੀ ਨੂੰ ਡਿਕ ਰਹੀ ਸੀ ਤੇ ਉਹਦੇ ਲਈ ਜੁਰਾਬਾਂ ਬੁਣਦੀ ਸੋਚ ਰਹੀ ਸੀ ਕਿਤੇ ਗਰਗੀ ਦੀ ਕਾਰ ਦਾ ਹਾਦਸਾ ਨਾ ਹੋ ਗਿਆ ਹੋਵੇ ਗਰਗੀ ਆਇਆ ਵੇਖ ਉਹ ਦੌੜ ਕੇ ਗਰਗੀ ਦੇ ਗਲ ਚ ਲੱਗੀ ਗਰਗੀ ਨੇ ਉਹਨੂੰ ਘੁੱਟ ਕੇ ਪਿਆਰ ਕੀਤਾ ਚੁੰਮਿਆਂ ਤੇ ਦਲਾਸਾ ਦਿੱਤਾ ਉਸੇ ਰਾਤ ਉਹਨਾਂ ਨੇ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ ਗਾਰਗੀ ਜੀਨੀ ਦਾ ਹੁਸਨ ਇੰਜ ਬਿਆਨ ਕਰਦਾ ਹੈ ਉਹਦਾ ਹੁਸਨ ਇਸ ਤਰ੍ਹਾਂ ਸੀ ਜਿਵੇਂ ਜਾਲੀਦਾਰ ਪਰਦੇ ਚੋਂ ਡੁੱਬਦੇ ਸੂਰਜ ਦੀ ਰੌਸ਼ਨੀ ਛਣ ਰਹੀ ਹੋਵੇ ਲੰਮੀ ਹੁਸੈਨ ਨਕਸ਼ਾਂ ਵਾਲੀ ਜੀਨੀ ਦੀਆਂ ਨੀਲੀਆਂ ਅੱਖਾਂ ਚਮਕ ਸੀ ਤੇ ਉਹਦੀਆਂ ਭਵਾਂ ਤੇ ਝਿਮਣੀਆਂ ਕੱਕੀਆਂ ਤੇ ਰੇਸ਼ਮੀ ਸਨ ਉਹਦੇ ਸੁਨਹਿਰੇ ਲੰਮੇ ਵਾਲ ਆਪਸ਼ਾਰ ਵਰਗ ਦਿਖਦੇ ਸਨ ਉਹ ਰਾਤ ਨੂੰ ਸੌਣ ਤੋਂ ਪਹਿਲਾਂ 100 ਵਾਰ ਵਾਲਾਂ ਨੂੰ ਬੁਰਸ਼ ਨਾਲ ਲਵਾਉਂਦੀ ਜਿਸ ਕਰਕੇ ਵਾਲਾਂ 'ਚ ਇੱਕ ਸੁਨਹਿਰੀ ਭਾ ਮਾਰਦੀ ਉਦਾ ਜਿਹੜਾ ਨਰਮ ਸੀ ਤੇ ਇਸ 'ਚ ਅਲੜ ਕੰਬਣੀ ਸੀ ਬਦਲੋਟੀ ਨੂੰ ਜਿਵੇਂ ਕੁਝ ਕਿਰਨਾਂ ਛੋ ਗਈਆਂ ਹੋਣ ਉਹਦੀ ਮੁਸਕਰਾਟ ਜਿਵੇਂ ਧੁੱਪ 'ਚ ਦੁੱਧ ਡੁੱਲਿਆ ਹੋਵੇ ਗਾਰਗੀ ਦੀ ਟੂਣੀ ਹਰੀ ਸ਼ੈਲੀ 'ਚ ਵੇਖੋ ਸਮੁੰਦਰ 'ਚ ਲੱਥ ਦੇ ਸੂਰਜ ਦਾ ਵਰਣਨ ਧੁੱਪਾਂ ਟੇਡੀਆਂ ਹੋ ਗਈਆਂ ਸ਼ਾਮ ਪੈ ਰਹੀ ਸੀ ਅਸੀਂ ਸਮੁੰਦਰ ਦੇ ਕੰਢੇ ਰੇਤਲੇ ਤੱਟ 'ਤੇ ਸੈਰ ਕਰਨ ਨਿਕਲ ਗਏ ਲਹਿਰਾਂ 'ਚ ਸੰਗਤਰੀ ਰੰਗ ਤੇ ਨੀਲੇ ਰੰਗ ਘੁਲ ਰਹੇ ਸਨ ਅਸੀਂ ਸੂਰਜ ਨੂੰ ਦੇਖਿਆ ਇੱਕ ਪਤਲੇ ਬੱਦਲ ਨੇ ਇਹਨੂੰ ਟੱਕ ਰੱਖਿਆ ਸੀ ਤੇ ਇਹਦੀ ਸ਼ਕਲ ਬਦਲਦੀ ਜਾ ਰਹੀ ਸੀ ਪਹਿਲਾਂ ਇਹ ਤਪੇ ਹੋਏ ਥਾਲ ਵਾਂਗ ਲੱਗਿਆ ਫਿਰ ਮੱਕੀ ਦੀ ਰੋਟੀ ਵਾਂਗ ਫਿਰ ਕਿਸੇ ਮਹੰਤ ਦੇ ਰੋਡੇ ਸਿਰ ਵਾਂਗ ਤੇ ਫਿਰ ਅੱਧ ਖਾਦੇ ਤਰਬੂਜ ਵਾਂਗ ਜਿਹਨੂੰ ਕਿਸੇ ਦਿਓ ਨੇ ਚੱਕ ਮਾਰੇ ਹੋਣ ਫਿਰ ਇੱਕ ਟੁੱਟੇ ਘੜੇ ਵਾਂਗ ਹੌਲੀ-ਹੌਲੀ ਇਹ ਸਮੁੰਦਰ ਚ ਲੱਥ ਗਿਆ ਮਖਮਲੀ ਲਹਿਰਾਂ ਨੀਲੀਆਂ ਹੋ ਗਈਆਂ ਫਿਰ ਗਹਿਰੀਆਂ ਸਲੇਟੀ ਵੱਡੀਆਂ ਛੱਲਾਂ ਮੁਰਮੁਲ ਕੇ ਅੱਗੇ ਵੱਧਦੀਆਂ ਤੇ ਰੇਤਲੇ ਕੰਡੇ ਨੂੰ ਆਪਣੀਆਂ ਝੱਗਾਂ ਨਾਲ ਵਾਲੇ ਬੁੱਲ ਨਾਲ ਬੁੱਲਾ ਨਾਲ ਚੁੰਮਦੀਆਂ ਚੁੰਮਣ ਤੇ ਅਲਿੰਗਣ ਤੇ ਪ੍ਰਕਿਰਤੀ ਦੇ ਰੰਗ ਗਾਰਗੀ ਦੀ ਸ਼ੈਲੀ ਦੇ ਸ਼ਿੰਗਾਰ ਹਨ ਪਹਿਲੀਆਂ ਲਿਖਤਾਂ 'ਚ ਘਟ ਮਗਰਲੀਆਂ 'ਚ ਵਧ ਪਹਿਲੀਆਂ ਲਿਖਤਾਂ ਉੱਤੇ ਪਿੰਡੂ ਪ੍ਰਭਾਵ ਵੱਧ ਹੈ ਜਦਕਿ ਪਿਛਲੀਆਂ ਉਤੇ ਪੱਛਮੀ ਤੇ ਸ਼ਹਿਰੀ ਅਸਰ ਵੱਧਾ ਗਿਆ 1944 'ਚ ਲਿਖਿਆ ਆਪਣਾ ਪਹਿਲਾ ਨਾਵਲ ਕੱਕਾ ਰੇਤਾ ਉਹ ਇਹਨਾਂ ਸ਼ਬਦਾਂ ਨਾਲ ਆਪਣੀ ਮਾਂ ਨੂੰ ਪੇਂਟ ਕਰਦਾ ਹੈ ਮੇਰੀ ਮਾਂ ਨੂੰ ਜਿਦੀਆਂ ਗਾਲਾਂ ਵੀ ਘਿਉ ਦੀਆਂ ਨਾਲਾਂ ਸਨ ਉਸ ਨਾਵਲ ਦਾ ਪਹਿਲਾ ਪੈਰਾ ਰਾਤ ਦੀ ਰੋਟੀ ਖਾ ਹਟਣ ਪਿੱਛੋਂ ਚਿਰ ਤੱਕ ਮੇਰੀ ਮਾਂ ਬੈਠੀ ਹੈ ਢੇਰਨ ਉੱਤੇ ਗਲੋਟੇ ਅਟੇਰ ਦੀ ਰਹਿੰਦੀ। ਮੈਂ ਉਹਦੇ ਕੋਲ ਬੈਠਾ ਪਟਾਰੀ 'ਚ ਨੱਚਦੇ ਟੱਪ ਦੀ ਗਲੋਟਿਆਂ ਦਾ ਨਾਚ ਦੇਖਦਾ ਰਹਿੰਦਾ। ਸਰੋਂ ਦੇ ਦੀਵੇ ਦੀ ਪੀਲੀ ਰੌਸ਼ਨੀ 'ਚ ਕੰਧ ਉੱਤੇ ਇੱਕ ਵੱਡਾ ਕਾਲਾ ਅਟੇਰਨ ਉਸੇ ਤਰ੍ਹਾਂ ਮਾਂ ਦੇ ਹੱਥਾਂ ਉੱਤੇ ਘੁੰਮਦਾ ਰਹਿੰਦਾ। ਕਈ-ਕਈ ਘੰਟੇ ਬੈਠਾ ਮੈਂ ਕੰਧ ਦੀਆਂ ਹੀ ਖਾਮੋਸ਼ ਮੂਰਤਾਂ ਵੇਖਦਾ ਰਹਿੰਦਾ। ਕਦੇ-ਕਦੇ ਮੇਰੀ ਮਾਂ ਉਬਾਸ ਹੀ ਲੈਂਦੀ ਤਾਂ ਉਹਦੇ ਮੂੰਹ ਦੀ ਛਾਂ ਕੰਧ ਉੱਤੇ ਐਡੀ ਵੱਡੀ ਹੋ ਜਾਂਦੀ ਕਿ ਮੈਂ ਡਰ ਜਾਂਦਾ। 1997 ਚ ਲਿਖਿਆ ਆਪਣਾ ਆਖਰੀ ਨਾਵਲ ਉਹਨੇ ਅਨੁਰਾਵਤ ਨੂੰ ਪੇਂਟ ਕੀਤਾ ਉਹਦਾ ਆਰੰਭ ਇਸ ਤਰ੍ਹਾਂ ਹੈ ਮੈਂ 16 ਸਾਲ ਦੀ ਉਮਰ ਦੀ ਜਵਾਨ ਹੋ ਗਈ ਸੀ ਪੂਰਾ ਸ਼ਬਾਬ ਛਲਕ ਰਿਹਾ ਸੀ ਮੇਰੇ ਅੰਗਾਂ 'ਚ ਲੋਕ ਮੈਨੂੰ ਦੇਖਦੇ ਤਾਂ ਉਹਨਾਂ ਦੀਆਂ ਨਜ਼ਰਾਂ ਕੱਚ ਦੀਆਂ ਗੋਲੀਆਂ ਵਾਂਗ ਮੇਰੀਆਂ ਛਾਤੀਆਂ ਉੱਤੋਂ ਦੀ ਤਿਲਕ ਦੀਆਂ ਲੰਘ ਜਾਂਦੀਆਂ ਮੈਂ ਚੋਲੀ ਪੈਣਨੀ ਸ਼ੁਰੂ ਕਰਤੀ ਸੀ ਪਰ ਰਾਤ ਨੂੰ ਹਮੇਸ਼ਾ ਇਹਨੂੰ ਲਾ ਕੇ ਸੁੱਟ ਦਿੰਦੀ ਆਂ ਗਰਮੀਆਂ 'ਚ ਮੈਂ ਛੱਤ ਉੱਤੇ ਸੌਂਦੀ ਤਾਂ ਤਾਰਿਆਂ ਦੀ ਕੂਲੀ ਲੋ ਆਪਣੇ ਅੰਗਾਂ ਉੱਤੇ ਮਹਿਸੂਸ ਕਰਦੀ। ਮੇਰੀਆਂ ਅੱਖਾਂ ਮੀਟੀਆਂ ਜਾਂਦੀਆਂ। ਲੱਤਾਂ ਪਸਾਰ ਕੇ ਮਧੋਹ ਹੋਸ਼ ਸੌਂਦੀ। ਕਈ ਵਾਰ ਮੇਰੀ ਮਾਂ ਮੇਰੀਆਂ ਲੱਤਾਂ ਨੂੰ ਚਾਦਰ ਨਾਲ ਢੱਕ ਦਿੰਦੀ। ਗਾਰਗੀ ਜਿਵੇਂ-ਜਿਵੇਂ ਬੁੱਢਾ ਹੁੰਦਾ ਗਿਆ ਸੀ ਓਵੇਂ ਲਿਖਣ 'ਚ ਹੋਰ ਠਰਕੀ ਹੁੰਦਾ ਗਿਆ ਸੀ। ਐਨ ਖੁਸ਼ਵੰਤ ਸਿੰਘ ਵਾਂਗ। ਗਾਰਗੀ ਦਾ ਨਾਵਲ ਜੂਠੀ ਰੋਟੀ ਤੇ ਖੁਸ਼ਵੰਤ ਸਿੰਘ ਦਾ ਰੰਨਾ ਚ ਧੰਨਾ ਪਾਟਕਾਂ ਲਈ ਠਰਕਪੂਰ ਦੇ ਨਾਵਲ ਹੀ ਤਾਂ ਹਨ। ਜੀਨੀ ਨਾਲ ਸ਼ਾਦੀ ਦਾ ਪੱਕ ਠੱਕ ਕਰਕੇ ਗਾਰਗੀ ਨੇ ਹੌਲੀ-ਹੌਲੀ ਸਭ ਕੁੜੀਆਂ ਤੋਂ ਪਾਸਾ ਵਟ ਲਿਆ ਸੀ ਮਾਰਸ਼ਾ ਨੂੰ ਸਖਤ ਸਦਮਾ ਪਹੁੰਚਿਆ ਉਹਨੇ ਖੁਦਕੁਸ਼ੀ ਕਰਨੀ ਚਾਹੀ ਉਹਦੇ ਮਾਤਾ-ਪਿਤਾ ਉਹਨੂੰ ਕੁਝ ਦਿਨਾਂ ਵਾਸਤੇ ਇੱਕ ਟਾਪੂ ਤੇ ਲੈ ਗਏ ਤਾਂ ਕਿ ਉਹਦਾ ਦਿਲ ਭੈਲ ਸਕੇ ਮਾਰਸ਼ਾ ਨੇ ਗਾਰਗੀ ਨੂੰ ਟੈਲੀਫੋਨ ਕੀਤਾ ਤੇ ਰੋ ਰੋ ਕੇ ਹੜੇ ਕੱਢੇ ਪਰ ਗਾਰਗੀ ਟਸ ਤੋਂ ਮਸ ਨਾ ਹੋਇਆ ਇੱਕ ਰਾਤ ਮਾਰਸ਼ਾ ਆਪਣੀ ਝੁੱਗੀ ਚੋਂ ਨਿਕਲੀ ਤੇ ਸਮੁੰਦਰ ਦੇ ਕੰਢੇ ਤੁਰਦੀ ਗਈ ਜਿੱਥੇ ਕਾਲੀਆਂ ਲਹਿਰਾਂ ਉੱਚਲ-ਉੱਚ ਲੱਗੇ ਵੱਧ ਰਹੀਆਂ ਸਨ ਉਹਦੀ ਮਾਂ ਨੇ ਗਾਰਗੀ ਨੂੰ ਫੋਨ ਕੀਤਾ ਤੇ ਗਾਲਾਂ ਕੱਢਦੀ ਨੇ ਧਮਕੀ ਦਿੱਤੀ ਕਿ ਜੇ ਉਹਦੀ ਕੁੜੀ ਨੂੰ ਕੁਝ ਹੋ ਗਿਆ ਤਾਂ ਤੂੰ ਜ਼ਿੰਮੇਵਾਰ ਹੋਏਂਗਾ ਮਾਰਸ਼ਾ ਜੇ ਗੋਡਿਆਂ ਤੱਕ ਡੂੰਘੇ ਪਾਣੀ 'ਚ ਗਈ ਸੀ ਕਿ ਦੂਰ ਤੱਕ ਚਾਨਣ ਕਰਨ ਵਾਲੀਆਂ ਟਾਰਚਾਂ ਦੀ ਮਦਦ ਨਾਲ ਉਹਨੂੰ ਲੱਭ ਕੇ ਮਾਪਿਆਂ ਨੇ ਆਪਣੀ ਧੀ ਨੂੰ ਬਚਾ ਲਿਆ ਜੀਨੀ ਨਾਲ ਗਾਰਗੀ ਦੀ ਸ਼ਾਦੀ ਗ੍ਰੀਨ ਲੇਕ ਦੇ ਕੰਢੇ ਇੱਕ ਮੈਜਿਸਟ੍ਰੇਟ ਦੀ ਕੋਠੀ 'ਚ ਹੋਈ ਜੀਨੀ ਨਿੱਤਲੇ ਵਾਲੀ ਬਨਾਰਸੀ ਸਾੜੀ ਪਹਿਣੀ ਅੱਖਾਂ 'ਚ ਕੱਜਲ ਪਾਇਆ ਮੱਥੇ 'ਤੇ ਲਾਲ ਬਿੰਦੀ ਤੇ ਭਵਾ 'ਤੇ ਦੋਹੀ ਪਾਸੇ ਚੰਦਨ ਦੀਆਂ ਟਿਮਕਣੀਆਂ ਲਾਈਆਂ ਮੈਜਿਸਟਰੇਟ ਨੇ ਸ਼ਾਦੀ ਦੀ ਕਸਮ ਖਵਾਈ ਅਸੀਂ ਇਕੱਠੇ ਰਹਿਣ ਦਾ ਪ੍ਰਣ ਕਰਦੇ ਹਾਂ ਸਿਰਫ ਮੌਤ ਹੀ ਸਾਨੂੰ ਜੁਦਾ ਕਰ ਸਕਦੀ ਹੈ ਗਾਰਗੀ ਨੇ ਜੇਬ 'ਚੋਂ ਸੋਨੇ ਦੀ ਮੁੰਦਰੀ ਕੱਢੀ ਜੀਨੀ ਦੇ ਖੱਬੇ ਹੱਥ ਦੀ ਦੂਜੀ ਉਂਗਲੀ 'ਚ ਪਾ ਦਿੱਤੀ ਫਿਰ ਦੋਹਾਂ ਨੇ ਇੱਕ ਦੂਜੇ ਦਾ ਚੁੰਮਣ ਲੈ ਕੇ ਸ਼ਾਦੀ ਦੀ ਮੋਹਰ ਲਾ ਦਿੱਤੀ ਇੰਜ ਜੋ ਜੀਨੀ ਹੈਂਡਰੀ ਤੋਂ ਜੀਨੀ ਗਾਰਗੀ ਬਣ ਗਈ ਗਾਰਗੀ ਲਿਖਦਾ ਜਿਨੀ ਹਮੇਸ਼ਾ ਭਾਰਤ ਦੇ ਸੁਪਨੇ ਲੈਂਦੀ ਬਚਪਨ ਵਿੱਚ ਹੀ ਉਹਨੂੰ ਚਿੱਟੀ ਚਮੜੀ ਤੋਂ ਝਿੜ ਸੀ ਉਹਨੂੰ ਪੂਰੀ ਧਰਤੀ ਤੇ ਤਾਂਬੇ ਰੰਗੇ ਚਿਹਰੇ ਪਸੰਦ ਸਨ ਸਭ ਤੋਂ ਵੱਧ ਪਸੰਦ ਸੀ ਕਣਕ ਪਿੰਨਾ ਰੰਗ ਜੋ ਉਹਨੇ ਭਾਰਤ ਦੇ ਕਲਾ ਸਬੰਧੀ ਰਸਾਲਿਆਂ 'ਚ ਵੇਖਿਆ ਸੀ ਮੈਂ ਉਹਨੂੰ ਆਖਿਆ ਕਿ ਉਹ ਮੇਰੀ ਅਮੀਰੀ ਦਾ ਇਸ ਗੱਲ ਤੋਂ ਅੰਦਾਜ਼ਾ ਨਾ ਲਾਏ ਕਿ ਮੈਂ ਵਸ਼ਿੰਗੇ ਵਸ਼ਿੰਗਟਨ ਯੂਨੀਵਰਸਿਟੀ 'ਚ ਭਾਰਤੀ ਨਾਟਕ ਪੜਾਉਣ ਦਾ ਪ੍ਰੋਫੈਸਰ ਹਾਂ ਆਪਣੇ ਦੇਸ਼ 'ਚ ਮੈਂ ਸਿਰਫ ਪੰਜਾਬੀ ਦਾ ਲੇਖਕ ਸੀ ਹਮੇਸ਼ਾ ਰੁਪਏ ਪੈਸੇ ਦੀ ਤੋਟ ਉਹਨੂੰ ਖੁਦ ਰੋਟੀ ਪਕਾਉਣੀ ਪਵੇਗੀ ਤੇ ਕੰਮ ਕਰਨਾ ਪਵੇਗਾ ਜ਼ਿੰਦਗੀ ਬੜੀ ਔਖੀ ਹੋਏਗੀ ਉਹਨੇ ਆਖਿਆ ਕਿ ਉਹਨੂੰ ਅਮਰੀਕਾ ਦੀ ਤੇਜ਼ ਦੌੜ ਭੱਜ ਪਸੰਦ ਨਹੀਂ ਕਾਰੋਬਾਰੀ ਜ਼ਿੰਦਗੀ ਕਤਲ ਝਗੜੇ ਖੁਦਗਰਜ਼ੀ ਬਿਲਕੁਲ ਵੈਸ਼ੀ ਤੇ ਬੇਕਿਰਕ ਸਮਾਜ ਉਹ ਇੱਥੇ ਨਹੀਂ ਰਹੇਗੀ ਮੇਰੇ ਨਾਲ ਜੇ ਰੇਗਿਸਤਾਨ ਵੀ ਚਲੀ ਜਾਏ ਤਾਂ ਜ਼ਿੰਦਗੀ ਖੂਬਸੂਰਤ ਹੋਏਗੀ ਉਨੇ ਕਿਹਾ ਮੈਂ ਤੇਰੇ ਨਾਲ ਵਿਆਹ ਕੀਤਾ ਹੈ ਮੈਂ ਸ਼ਾਦੀ ਦੀ ਰਸਮ ਨੂੰ ਪਵਿੱਤਰ ਸਮਝਦੀ ਹਾਂ ਮੈਂ ਸਦਾ ਤੇਰੇ ਨਾਲ ਦੁੱਖ ਸੁੱਖ ਜੀ ਇਕੱਠੇ ਰਹਿਣ ਦੀ ਕਸਮ ਖਾਦੀ ਹੈ ਹੁਣ ਮੈਂ ਤੇਰੇ ਨਾਲ ਆ ਮੈਂ ਉਹਦੇ ਸ਼ਰਧਾ ਭਾਵ ਤੋਂ ਬਹੁਤ ਪ੍ਰਭਾਵਿਤ ਹੋਇਆ ਮੈਂ ਇਹਨੂੰ ਸੀਨੇ ਨਾਲ ਲਾ ਲਿਆ ਆਖਿਆ ਪਿਆਰੀ ਤੂੰ ਸਭ ਕੁਝ ਮੇਰੀ ਖਾਤਰ ਛੱਡ ਰਹੀ ਹੈ ਆਪਣੇ ਲੋਕ ਤੇ ਆਪਣੇ ਘਰ ਤੇ ਆਪਣੇ ਦੇਸ਼ ਨੂੰ ਵੈਨਕੂਵਰ ਰਹਿਦਾ ਪੰਜਾਬੀ ਕਵੀ ਗੁਰਚਰਨ ਰਾਮਪੁਰੀ ਦੱਸਦਾ ਹੈ ਕਿ ਜਦੋਂ ਤੱਕ ਗਾਰਗੀ ਜਿਉਂਦਾ ਰਿਹਾ ਉਹਦੀ ਪਹਿਲੀ ਮਹਿਸੂਕਾ ਮਾਰਸ਼ਾ ਉਹ ਤਾਂ ਬਲਵੰਤ ਦਾ ਹਾਲਚਲ ਪੁੱਛਦੀ ਰਹੀ। ਉਹਦੇ ਦਸਨ ਮੁજબ ਮਾਰਸ਼ਾ ਨੂੰ ਗਰਗੀ ਨਾਲ ਸੱਚਾ ਪਿਆਰ ਸੀ ਪਰ ਜੀਨੀ ਉਹਦੇ ਉੱਤੋਂ ਦੀ ਪੈ ਗਈ। ਮਾਰਸ਼ਾ ਗਰਗੀ ਦੀ ਪਹਿਲੀ ਵਿਦਿਆਰਥਣ ਸੀ ਜਦ ਕੇ ਜੀਨੀ ਦੂਜੀ, ਤੀਜੀ ਵਿਦਿਆਰਥਣ ਦਾ ਗਰਗੀ ਨੇ ਨਾਂ ਨਹੀਂ ਦੱਸਿਆ ਕਿ ਪਤਾ ਹੋਰ ਵਿਦਿਆਰਥਣਾਂ ਵੀ ਹੋਣ। ਅਜੇ ਆ ਉਸਤਾਦ ਸੀ ਨਾਟਕ ਕਰ ਗਰਗੀ। 1964 ਤੋਂ 66 ਦਰਮਿਆਨ ਗੁਰਚਰਨ ਰਾਮਪੁਰੀ ਵੈਨਕੂਵਰ ਤੋਂ ਸਿਆਟਲ ਗਾਰਗੀ ਕੋਲ ਆਮ ਆਉਂਦਾ ਜਾਂਦਾ ਸੀ ਉਹ ਗਾਰਗੀ ਦੇਸ਼ਕਾਂ ਦਾ ਚਸ਼ਮਦੀਦ ਗਵਾਹ ਹੈ ਉਹਨਾਂ ਦੀ ਦੋਸਤੀ 1950ਵਿਆਂ ਦੀ ਅਮਨ ਲਹਿਰ ਵੇਲੇ ਤੋਂ ਸੀ ਜਿਦਿਆਂ ਸਟੇਜਾਂ ਉੱਤੇ ਰਾਮਪੁਰੀ ਹੋਰੀ ਕਵਿਤਾ ਪੜ੍ਹਦੇ ਤੇ ਗਾਰਗੀ ਹੋਰਾਂ ਦੇ ਨਾਟਕ ਖੇਡੇ ਜਾਂਦੇ ਰਾਮਪੁਰੀ ਦਿੱਲੀ ਜਾਂਦਾ ਤਾਂ ਗਾਰਗੀ ਕੋਲ ਠਹਿਰਦਾ ਦਿੱਲੀ ਦੀ ਦੋਸਤੀ ਸਿਆਟਲ ਤੱਕ ਨਿਭੀ ਬਲਵੰਤ ਗਾਰਗੀ ਅਮਰੀਕਾ ਦੀ ਯੂਨੀਵਰਸਿਟੀ ਆਫ ਵਿਸ਼ਿੰਗਟਨ ਦਾ ਵਿਜ਼ਿਟਿੰਗ ਪ੍ਰੋਫੈਸਰ ਬਣ ਕੇ ਸਿਆਟਲ ਗਿਆ ਤਾਂ ਉਹਦਾ رابطہ ਮੁਰ ਗੁਰਚਰਨ ਰਾਮਪੁਰੀ ਨਾਲ ਜੁੜ ਗਿਆ ਜੋ ਤੋਂ ਕੁਝ ਦਿਨਾਂ ਬਾਅਦ ਹੀ ਵੈਨਕੂਵਰ ਪਹੁੰਚਿਆ ਸੀ ਸਿਆਟਲ ਤੋਂ ਵੈਨਕੂਵਰ ਦੀ ਦੂਰੀ ਦਿੱਲੀ ਤੋਂ ਰਾਮਪੁਰ ਦਰਾਹੇ ਜਿੰਨੀ ਹੈ ਉਹਨਾਂ ਦੀਆਂ ਫੋਨ ਤੇ ਗੱਲਾਂ ਹੁੰਦੀਆਂ ਰਾਮਪੁਰੀ ਗਾਹੇ ਬਗਾਏ ਵੀਕਐਂਡ ਤੇ ਸਰੀ ਦੇ ਦੇਸੀ ਸਟੋਰ ਤੋਂ ਹਰੀਆਂ ਮਿਰਚਾਂ ਧਣੀਆਂ ਤਾਜ਼ਾ ਸਬਜ਼ੀ ਭਾਜੀ ਤੇ ਆਟਾ ਦਾਲ ਖਰੀਦਦਾ ਤੇ ਰੀਲ ਗੱਡੀ ਤੇ ਸਿਆਟਲ ਪੁੱਜ ਜਾਂਦਾ ਦੋ ਢਾਈ ਘੰਟਿਆਂ ਦੀ ਵਾਟ ਸੀ 5-6 ਡਾਲਰ ਕਿਰਾਇਆ ਸੀ ਗਰਗਯੂ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਆ ਜਾਂਦਾ ਉੱਥੇ ਉਹਦਾ ਇੱਕ ਪਹਾੜੀ ਢਲਾਨ ਤੇ ਤੀਜੀ ਮੰਜ਼ਲ ਤੇ ਫਲੈਟ ਸੀ ਜਿੱਥੋਂ ਸਿਆਟਲ ਦੀ ਸਪੇਸ ਨੀਡਲ ਤੇ ਝੀਲ ਦਾ ਨਜ਼ਾਰਾ ਬੜਾ ਹੁਸੈਨ ਦਿਸਦਾ ਸਪੇਸ ਨੀਡਲ ਤੇ ਇੱਕ গোল ਰੈਸਟੋਰੈਂਟ ਕੀੜੀ ਚਾਲ ਘੁੰਮਦਾ ਤਾਰਿਆਂ ਦੀ ਲਿਸ਼ਕੋਰ ਝੀਲ ਦੇ ਨਿੱਤਰੇ ਪਾਣੀਆਂ 'ਚ ਪੈਂਦੀ ਇੰਜ ਲੱਗਦਾ ਜਿਵੇਂ ਅੰਬਰ ਦੇ ਤਾਰੇ ਧਰਤੀ ਤੇ ਉਤਰ ਆਏ ਹੋਏ। ਸੜਕ ਉਤੇ ਤੇਜ਼ ਦੌੜਦੀਆਂ ਕਾਰਾਂ ਦੇ ਛੁੱਕਣ ਦੀ ਆਵਾਜ਼ ਸੁਣਾ ਸੁਣਦੀ ਜਿਵੇਂ ਜੰਗਲ 'ਚ ਤੇਜ਼ ਹਵਾ ਸ਼ਾਂ ਸ਼ਾਂ ਕਰਦੀ ਜਾ ਰਹੀ ਹੋਵੇ। ਗਾਰਗੀ ਤੇ ਰਾਮਪੁਰੀ ਬੀਰਾਂ ਪਿੰਦੇ ਮਹਾ ਮੋਠਾਂ ਤੇ ਮੂੰਗੀ ਦੀਆਂ ਦਾਲਾਂ ਨੂੰ ਹਰੀਆਂ ਮਿਰਚਾਂ ਦਾ ਤੜਕਾ ਲਾਉਂਦੇ ਧਣੀਆਂ ਦੇ ਖੁਸ਼ਬੂਦਾਰ ਪੱਤੇ ਭੂਕਦੇ ਤੇ ਆਟਾ ਗੁੰਨ ਕੇ ਬੀਰ ਦੀਆਂ ਬੋਤਲ ਨਾਲ ਰੋਟੀਆਂ ਬੇਲਦੇ ਨਾਲੋਂ ਨਾਲ ਰਾਮਪੁਰ ਬਠਿੰਡੇ ਤੇ ਦਿੱਲੀ ਦੀਆਂ ਗੱਲਾਂ ਕਰਦੇ। ਗਰਗੀ ਆਪਣੇ ਨਵੇਂ ਇਸ਼ਕ ਦੀਆਂ ਗੱਲਾਂ ਮਸਾਲੇ ਲਾ ਕੇ ਸੁਣਾਉਂਦਾ। ਇਹ ਉਹਦੀ ਲਾਹੌਰ ਤੋਂ ਦਿੱਲੀ ਤੋਂ ਬਣੀ ਆਦਤ ਸੀ। ਪਹਿਲਾਂ ਉਹਨੇ ਆਪਣੇ ਨਾਂ ਨਾਲ ਗੁਰਕੀ ਜੋੜਨਾ ਚਾਹਿਆ ਪਰ ਪਿੱਛੋਂ ਆਪਣੀ ਗੋਤ ਗਰਗ ਨੂੰ ਮਸਾਲਾ ਲਾ ਕੇ ਕੁੜੀਆਂ ਵਾਲਾ ਨਾਂ ਗਰਗੀ ਰੱਖ ਲਿਆ। ਫਿਰ ਨਾਟਕਾਂ, ਨਾਵਲਾਂ, ਕਹਾਣੀਆਂ, ਰੇਖਾ ਚਿੱਤਰਾਂ ਸੈਟਲ ਦੇ ਇਸ਼ਕਾਂ ਸਮੇਤ ਸਭ ਕਾਸੇ ਨੂੰ ਮਸਾਲਾ ਲੱਗਦਾ ਗਿਆ ਤੇ ਉਹ ਮਸਾਲੇਦਾਰ ਸਹਿਤ ਘਰ ਬਣ ਗਿਆ। ਇਰੋਦੇ ਅਵਲੜੇ ਨਾਂ ਨਾਲ ਅਵਲੜੀਆਂ ਗੱਲਾਂ ਜੁੜਦੀਆਂ ਗਈਆਂ ਇੱਕ ਵਾਰੀ ਗਾਰਗੀ ਤੇ ਮਾਰਸ਼ਾ ਰਾਮਪੁਰੀ ਨੂੰ ਮਿਲਣ ਵੈਨਕੂਵਰ ਗਏ ਮਾਰਸ਼ਾ ਕਾਰਚਲਾਰੀ ਸੀ ਬਾਰਡਰ ਵਾਲਿਆਂ ਨੇ ਉਹਦੇ ਨਾਲ ਬੈਠੇ ਗਾਰਗੀ ਦਾ ਨੋਟਿਸ ਨਾ ਲਿਆ ਪਰ ਜਦ ਵਾਪਸ ਮੁੜਨ ਲਈ ਬਾਰਡਰ ਲੰਘਣ ਲੱਗੇ ਤਾਂ ਬਾਰਡਰ ਦੀ ਪੁਲਿਸ ਨੇ ਅਮਰੀਕਨ ਨਾਰ ਨਾਲ ਜਾਂਦੀ ਇੰਡੀਅਨ ਗਾਰਗੀ ਨੂੰ ਡੱਕ ਲਿਆ ਗਾਰਗੀ ਕੋਲ ਕੈਨੇਡਾ ਜਾਣ ਦਾ ਵੀਜ਼ਾ ਨਹੀਂ ਸੀ ਦਲੀਲਾਂ ਤੇ ਮੰਤਾਂ ਤਰਲੇ ਕਿਸੇ ਕੰਮ ਨਾ ਆਏ ਮੁੜ ਕੇ ਗੁਰਚਰਨ ਰਾਮਪੁਰੀ ਕੋਲ ਜਾਣਾ ਪਿਆ ਰਾਮਪੁਰੀ ਨੇ ਇੰਡੀਆ ਏੰਬੈਸੀ ਦੇ ਇੱਕ ਜਾਣੂ ਅਫਸਰ ਮਿਸਟਰ ਧਵਨਤਕ ਪਹੁੰਚ ਕੀਤੀ। ਉਹਨੇ ਗਾਰਗੀ ਨੂੰ ਯੂਨੀਵਰਸਿਟੀ ਦੇ ਚਾਂਸਲਰ ਦੀ ਮਦਦ ਲੈਣ ਦਾ ਸੁਝਾਅ ਦਿੱਤਾ। ਚਾਂਸਲਰ ਦੇ ਵਿੱਚ ਪੈਣ ਨਾਲ ਗਾਰਗੀ ਨੂੰ ਅਮਰੀਕਾ ਦਾ ਬਾਰਡਰ ਲੰਘਾ ਲਿਆ ਗਿਆ ਪਰ ਨਾਲ ਹਦਾਇਤ ਹੋ ਗਈ ਕਿ ਮੁੜ ਕੇ ਅਜਿਹੀ ਗਲਤੀ ਕੀਤੀ ਤਾਂ ਅਮਰੀਕਾ 'ਚ ਕਦੇ ਵੀ ਨਹੀਂ ਵੜਨ ਦਿੱਤਾ ਜਾਏਗਾ। ਉਂਝ ਜੇ ਉਦੋਂ ਹੀ ਗਾਰਗੀ ਨੂੰ ਅਮਰੀਕਾ 'ਚ ਨਾ ਵੜਨ ਦਿੱਤਾ ਜਾਂਦਾ ਤਾਂ ਜੀਨੀ ਹੈਂਡਰੀ ਜੀਨੀ ਗਾਰਗੀ ਬਣਨ ਤੋਂ ਬਚ ਜਾਂਦੀ। ਨਾ ਉਹਨਾਂ ਦਾ ਵਿਆਹ ਹੁੰਦਾ ਨਾ ਵਿਗਾੜ ਪੈਂਦਾ ਨਾ ਨੰਗੀ ਧੁੱਪ ਦਾ ਕਿੱਸਾ ਲਿਖਿਆ ਜਾਂਦਾ ਹੋ ਸਕਦਾ ਹੈ ਫਿਰ ਉਹਦਾ ਵਿਆਹ ਉਹਦੀ ਪਹਿਲੀ ਪ੍ਰੇਮਿਕਾ ਮਾਰਸ਼ਾ ਨਾਲ ਹੀ ਹੁੰਦਾ ਪਰ ਗੱਲ ਤਾਂ ਨਾਟਕੀ ਹੋਣ ਦੀ ਸੀ ਗੁਰਚਰਨ ਰਾਮਪ uri ਗਾਰਗੀ ਤੇ ਜੀਨੀ ਦੇ ਵਿਆਹ 'ਚ ਖੁਦ ਸ਼ਾਮਲ ਹੋਇਆ ਸੀ ਬਠਿੰਡੇ ਤੋਂ ਉਹਦਾ ਇੱਕ ਭਰਾ ਵੀ ਵਿਆਹ ਦੀ ਸਮਗਰੀ ਲੈ ਕੇ ਸੈਟਲ ਪੁੱਜਿਆ ਸੀ ਸਮਗਰੀ 'ਚ ਸਾੜੀ, ਮਹਿੰਦੀ, ਸੰਦੂਰ, ਚੂੜਾ ਤੇ ਸੁਹਾਗ ਪਟਾਰੀ ਵਗੈਰਾ ਸਨ ਵਿਆਹ ਸਾਦਾ ਸੀ ਅਚਲਾ ਸੱਚਦੇਵ ਦਾ ਪਤੀ ਗਿਆਨ ਸੱਚਦੇਵ ਵੀ ਵਿਆਹ ਵਿੱਚ ਸ਼ਾਮਲ ਸੀ ਦਿੱਲੀ ਚਚਲਾ ਤੇ ਗਾਰਗੀ ਦੇ ਵਿਆਹ ਕਰਾਉਣ ਦੀ ਅਫਵਾਹ ਉੱਡਦੀ ਰਹੀ ਸੀ ਪਰ ਗਾਰਗੀ ਨੇ ਲੱਤ ਨਹੀਂ ਸਿਲਾਈ ਉਹਦੀ ਆਦਤ ਫੁੱਲਾਂ ਤੇ ਮੰਡਰਾਉਣ ਵਾਲੇ ਪੌਰੀਆਂ ਵਰਗੀ ਸੀ ਆਖਰ ਅਚਲਾ ਨੇ ਗਿਆਨ ਸੱਚਦੇਵ ਨਾਲ ਵਿਆਹ ਕਰਾ ਲਿਆ ਸੀ ਗਾਰਗੀ ਆਪਣੇ ਸਵੈ ਚਿੱਤਰ ਚ ਲਿਖਦਾ ਹੈ ਗਾਰਗੀ ਪਹਿਲਾ ਲੇਖਕ ਹੈ ਜਿਸ ਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ ਆਮ ਤੌਰ ਤੇ ਪੰਜਾਬੀ ਲੇਖਕ ਤੇ ਸੋਹਣੀ ਕੁੜੀ ਦਾ ਘਾਟ ਹੀ ਮੇਲ ਹੁੰਦਾ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪਾਰਸਾਈ ਤੋਂ ਸਤਿਆਰਥੀ ਦੀ ਦਾੜ੍ਹੀ ਤੋਂ ਸੇਖੋਂ ਦੇ ਖਜ਼ਾਬ ਤੋਂ ਡਰ ਲੱਗਦਾ ਪਰ ਗार्गी ਕੋਲ ਨਾ ਦਾੜ੍ਹੀ ਹੈ ਨਾ ਖਜ਼ਾਬ ਹੈ ਨਾ ਪਾਰਸਾਈ ਉਹ ਜੁੱਤਾ ਘੰਡਾਉਣ ਗਿਆ ਹੁੰਦਾ ਤੇ ਪਿੱਛੇ ਉਹਦੀ ਰਸੋਈ 'ਚ ਕੁੜੀਆਂ ਚਾਹ ਬਣਾ ਕੇ ਪੀ ਜਾਂਦੀਆਂ ਹਰ ਕੁੜੀ ਆਪਣੇ ਹਲਕੇ ਦੀ ਦੂਜੀ ਸੋਹਣੀ ਕੁੜੀ ਵੱਲ ਇਸ਼ਾਰਾ ਕਰਕੇ ਆਖਦੀ ਹੈ ਤੋ ਇਸ ਨਾਲ ਵਿਆਹ ਕਿਉਂ ਨਹੀਂ ਕਰਾ ਲੈਂਦੀ ਇਸ ਤਰ੍ਹਾਂ ਸਾਰੀਆਂ ਸੋਹਣੀਆਂ ਕੁੜੀਆਂ ਇੱਕ ਇੱਕ ਕਰਕੇ ਵਿਆਹੀਆਂ ਜਾ ਰਹੀਆਂ ਹਨ ਜੇ ਉਹਨੂੰ ਪੁੱਛੋ ਤੂੰ ਵਿਆਹ ਕਿਉਂ ਨਹੀਂ ਕਰਵਾਉਂਦਾ ਉਹ ਆਖਦਾ ਮੇਰੇ ਨਾਲ ਘਟਨਾਵਾਂ ਨਹੀਂ ਹਾਦਸੇ ਹੁੰਦੇ ਐ ਜਿੰਨਾਂ ਕੁੜੀਆਂ ਨੂੰ ਮੈਂ ਪਿਆਰ ਕੀਤਾ ਜਾਂ ਤੇ ਉਹ ਵਿਆਹੀਆਂ ਹੋਈਆਂ ਸਨ ਜਾਂ ਵਿਆਹੀਆਂ ਜਾਣ ਵਾਲੀਆਂ ਹੋ ਸਕਦਾ ਜੇ ਆ ਕੁਝ ਉਹ ਪਾਟਕਾਂ ਨੂੰ ਚਕਾਚੌਂਦ ਕਰਨ ਲਈ ਲਿਖਦਾ ਰਿਹਾ ਹੋਵੇ ਤੇ ਇਸ ਕੋ ਦੇ ਨੇੜੇ ਤੇੜੇ ਵੀ ਨਾ ਟੁੱਕਾ ਹੋਵੇ ਸੱਚ ਨਹੀਂ ਆਉਂਦਾ ਕਿ ਸ਼ਕਲੋਂ ਸੂਰਤੋਂ ਸਧਾਰਨ ਤੇ ਉਮਰੋਂ 50 ਸਾਲਾਂ ਨੂੰ ਟੁੱਕੇ ਅਧਖੜ ਉਮਰ ਦੇ ਬੰਦੇ ਉੱਤੇ ਸਿਆਟਲ ਦੀਆਂ ਤਿੰਨ ਮੁਟਿਆਰਾਂ ਮਰਦੀਆਂ ਹੋਣ ਪਰ ਉਹਦੇ ਉਨੇ ਹੱਥਾਂ ਤੇ ਸਰੋਂ ਜਮਾ ਕੇ ਦਿਖਾਤੀ ਜਦੋਂ ਅਮਰੀਕਾ ਤੋਂ ਪਟੋਲੇ ਵਰਗੀ ਨਾਰ ਪਟ ਲਿਆਇਆ ਸਿਆਟਲ ਚ ਗੁਰਚਰਨ ਰਾਮਪੁਰੀ ਤੋਂ ਬਾਅਦ ਦਿੱਲੀ ਚ ਮੇਰੇ ਅੱਖੀਂ ਦੇਖਣ ਦੀਆਂ ਗੱਲਾਂ ਹਨ 1966 ਚ ਜਦੋਂ ਗਾਰਗੀ ਜੋੜਾ ਪੰਜਾਬੀ ਵਿਭਾਗ ਦੇ ਸੱਦੇ ਤੇ ਖਾਲਸਾ ਕੋਲੇ ਦਿੱਲੀ ਆਇਆ ਤਾਂ ਮੈਂ ਉੱਥੇ ਲੈਕਚਰਾਰ ਸੀ ਉਨੇ ਦਿਨੀ ਪਾਪਾ ਪ੍ਰੀਤਮ ਸਿੰਘ ਦੇ ਪਰਚੇ ਆਰ ਸੀ ਚ ਖਿਡਾਰੀਆਂ ਬਾਰੇ ਮੇਰੇ ਰੇਖਾ ਚਿੱਤਰ ਛਪਣ ਲੱਗ ਪਏ ਸਨ ਗਾਰਗੀ ਆਰਸੀ ਦਾ ਲੇਖਕ ਤੇ ਪਾਠਕ ਹੋਣ ਕਰਕੇ ਮੈਨੂੰ ਵੀ ਮਾੜਾ ਮੋਟਾ ਜਾਣਨ ਲੱਗ ਪਿਆ ਸੀ ਮੈਂ ਹੀ ਗਾਰਗੀ ਜੋੜੇ ਨੂੰ ਪੰਜਾਬੀ ਵਿਭਾਗ ਵੱਲੋਂ ਕਾਲਜ ਆਉਣ ਦਾ ਸੱਦਾ ਦੇ ਕੇ ਆਇਆ ਸੀ ਗਾਰਗੀ ਦੇ ਨਾਲ ਵਿਦਿਆਰਥੀਆਂ ਨੇ ਗਾਰਗੀ ਦੀ ਨਵਯਾਈ ਅਮਰੀਕਨ ਲਾੜੀ ਵੀ ਵੇਖਣੀ ਚਾਹੀ ਸੀ ਗਾਰਗੀ ਜੋੜਾ ਲਾਲ ਰੰਗ ਦੀ ਕਾਰ 'ਚ ਆਇਆ ਜਿਨੀ ਸਫੈਦ ਰੇਸ਼ਮੀ ਪੋਸ਼ਾਕ 'ਚ ਟਾਰਚ ਵਾਂਗ ਜਗ ਰਹੀ ਸੀ ਉਹਦੇ ਖੁੱਲੇ ਸੁਨਹਿਰੀ ਵਾਲ ਖੁਸ਼ਬੂਆਂ ਛੱਡ ਰਹੇ ਸੀ ਅੱਖਾਂ 'ਚ ਕਜਲਾ ਸੀ ਮੁੰਡਿਆਂ ਤੋਂ ਉਹਦਾ ਡੁੱਲ ਡੁੱਲ ਪੈਂਦਾ ਰੂਪ ਨਹੀਂ ਸੀ ਝੱਲਿਆ ਜਾ ਰਿਹਾ ਅਸੀਂ ਗਰਗੀ ਨਾਲ ਹੱਥ ਮਲਾਏ ਤਾਂ ਉਹਦੇ ਨੌ ਬਤੀ ਹੋਏ ਸਨ ਤੇ ਸਿਰ ਦੇ ਵਾਲ ਉਲਝੇ ਹੋਏ ਪਰ ਅੱਖਾਂ 'ਚ ਚਮਕ ਸੀ ਕੱਪੜੇ ਸ਼ੋਖ ਰੰਗਾਂ ਦੇ ਪਾਏ ਸਨ ਜੀਨੀ ਦੇ ਹੱਥ ਕੋਲੇ ਮੁਲਾਇਮ ਸਨ ਨੌ ਰੰਗੇ ਹੋਏ ਦੋਵੇਂ ਫਿਲਮੀ ਜੇ ਲੱਗੇ ਗਰਗੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੰਡੇ ਕੁੜੀਆਂ ਅਲੱਗ-ਅਲੱਗ ਬੈਂਚਾਂ 'ਤੇ ਨਾ ਬੈਠੋ ਸਭ ਇਕੱਠੇ ਬੈਠੋ ਅਮਰੀਕਾ 'ਚ ਇਕੱਠੇ ਬੈਠਦੇ ਹਨ ਮੁੰਡਿਆਂ ਨੂੰ ਹੋਰ ਕੀ ਚਾਹੀਦਾ ਸੀ ਕੁੜੀਆਂ 'ਚ ਫਸ ਕੇ ਬੈਠ ਕੇ ਗਾਰਗੀ ਵੀ ਕਮੈਂਟ ਅਟਕ-ਟਕ ਕੇ ਬੋਲਿਆ ਜਿੰਨੀ ਉਹਦੀ ਲੇਖਣੀ ਦ੍ਰੋਚਕ ਸੀ ਉੰਨੀ ਉਹਦੀ ਬੋਲਣੀ ਬੋਰ ਕਰਨ ਵਾਲੀ ਲੱਗੇ ਵਿਦਿਆਰਥੀਆਂ ਨੇ ਗਾਰਗੀ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਥਾਂ ਜੀਨਾ ਜਿੰਨੀ ਵਾਲੀ ਧਿਆਨ ਧਰੀ ਰੱਖਿਆ ਭਾਸ਼ਣ ਪਿਛੇ ਚਾਹ ਪਾਣੀ ਪਿਆਇਆ ਗਿਆ ਹਲਕੀਆਂ-ਫੁਲਕੀਆਂ ਗੱਲਾਂ ਕੀਤੀਆਂ ਗਈਆਂ ਹੱਥ ਸਾਫ਼ ਕਰਨ ਲਈ ਜੀਨੀ ਨੇ ਪਰਸਨਲ ਨੈਪਕਿਨ ਕੱਢ ਕੇ ਗਾਰਗੀ ਨੂੰ ਫੜਾਇਆ ਗਾਰਗੀ ਨੇ ਥੈਂਕ ਯੂ ਡਾਰਲਿੰਗ ਕਿਹਾ ਉਹ ਸਾਡੇ ਨਾਲ ਪੰਜਾਬੀ ਚ ਗੱਲ ਕਰਦਾ ਜੀਨੀ ਨਾਲ ਅੰਗਰੇਜ਼ੀ ਚ ਜੀਨੀ ਮੰਦ-ਮੰਦ ਮੁਸਕਰਾਉਂਦੀ ਸਾਡਾ ਧਿਆਨ ਖਿੱਚਦੀ ਰਹੀ ਤੇ ਹੈਪੀ ਮੈਰਿਜ ਦੀਆਂ ਮੁਬਾਰਕਾਂ ਲੈਂਦੀ ਰਹੀ ਵਿਦਾ ਕਰਨ ਵਾਲੇ ਅਸੀਂ ਤੁਰਦੇ ਤੁਰਦੇ ਉਹਨਾਂ ਦੀ ਕਾਰ ਤੱਕ ਗਏ ਕਾਰ ਅਮਰੀਕਨ ਸੀ ਜੋ ਜੀਨੀ ਵਾਂਗ ਹੀ ਲਿਸ਼ਕਰੀ ਸੀ ਮੈਂ ਕਹਿਣਾ ਚਾਹਿਆ ਗਰਗੀ ਸਾਹਿਬ ਰਨ ਬੜੀ ਵਧੀਆ ਪੱਟੀ ਹੈ ਪਰ ਕਹੇ ਹੋ ਸਕਿਆ ਗਰਗੀ ਸਾਹਿਬ ਕਾਰ ਬੜੀ ਸੋਹਣੀ ਲੈਂਦੀ ਹੈ ਜੀਨੀ ਨੂੰ ਤਾਂ ਪੰਜਾਬੀ ਚ ਕਹਿ ਦਾ ਕੀ ਪਤਾ ਲੱਗਣਾ ਸੀ ਪਰ ਗਰਗੀ ਮੁਸਕਣੀਏ ਹੱਸਿਆ ਸੀ ਗਰਗੀ ਨਾਲ ਮੇਰੀ ਸਿਆਣ ਹੋਰ ਗੁੜੀ ਹੋ ਗਈ ਸੀ ਧੰਨਵਾਦ ਚਲਦਾ